ਹਾਰ ਲੈ ਸੱਤ ਲੱਖ ਦਾ ਨਿਆਸ਼ ਕੀ ਚੀ ਚੱਕਦਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਸਾਡੇ ਕਿੱਥੋਂ ਗਲ ਵਿੱਚੋਂ ਲੰਘ ਜਾਣ ਕੇ ਪੇਚੀ ਨੂੰ ਲਾਤੇ ਗੋਰੀਏ ਹਾਰ ਲੈ ਸੱਤ ਲੱਖ ਦਾ ਨਿਆਸ਼ ਕੀ ਚੀ ਚੱਕਦਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਥੈਂਕ ਯੂ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਹੇ ਆ ਸੋ ਅੱਜ ਆਪਾਂ ਪਹੁੰਚੇ ਹਾਂ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਮੰਬਾਲੋ ਹਾਰਲਿਆਂ 'ਤੇ ਰੈਲੀ ਕਰਕੇ ਅਤੇ ਫਿਰ ਅਸੀਂ ਫਲੈਗ ਨੂੰ ਸਲਿਊਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਅਤੇ ਨਾਲ ਹੀ ਕੋਈ ਗਾਣਾ ਵੀ ਸ਼ੂਟ ਕੀਤਾ ਜਾਏਗਾ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਅ ਜੀ ਮਿਹਨਤ ਕਰ ਰਹੇ ਹਾਂ ਜੀ ਟਰਾਈ ਕਰ ਰਹੇ ਹਾਂ ਹਾਂਜੀ 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 ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇ ਨੂੰ ਦੇਖਿਆ ਜਾਂਦਾ ਅੱਛਾ ਬਾਈਕ ਨਾਲ ਹੈ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਵੀ ਪਿਆਰ ਹੈ ਬਾਈਕਸ ਨਾਲ ਜਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਿਹੜਾ ਹੁੰਦਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹੈ ਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹੈ ਨਾ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਸਾਡੇ ਕਿੱਥੋਂ ਗਲ ਵਿੱਚੋਂ ਲੰਘ ਜਾਣ ਕੇ ਪੇਚੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਸਾਡੇ ਕਿੱਥੋਂ ਗਲ ਵਿੱਚੋਂ ਲੰਘ ਜਾਣ ਕੇ ਪੇਚੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਥੈਂਕ ਯੂ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਹੇ ਆ ਸੋ ਅੱਜ ਆਪਾਂ ਪਹੁੰਚੇ ਹਾਂ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਮੰਬਾਲੋ ਹਾਰਲਿਆਂ 'ਤੇ ਰੈਲੀ ਕਰਕੇ ਅਤੇ ਫਿਰ ਅਸੀਂ ਫਲੈਗ ਨੂੰ ਸਲਿਊਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਅਤੇ ਨਾਲ ਹੀ ਕੋਈ ਗਾਣਾ ਵੀ ਸ਼ੂਟ ਕੀਤਾ ਜਾਏਗਾ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਅ ਜੀ ਮਿਹਨਤ ਕਰ ਰਹੇ ਹਾਂ ਜੀ ਟਰਾਈ ਕਰ ਰਹੇ ਹਾਂ ਹਾਂਜੀ 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 ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇ ਨੂੰ ਦੇਖਿਆ ਜਾਂਦਾ ਅੱਛਾ ਬਾਈਕ ਨਾਲ ਹੈ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਵੀ ਪਿਆਰ ਹੈ ਬਾਈਕਸ ਨਾਲ ਜਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਿਹੜਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹੈ ਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹੈ ਨਾ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਸਾਡੇ ਕਿੱਥੋਂ ਗਲ ਵਿੱਚੋਂ ਲੰਘ ਜਾਣ ਕੇ ਪੇਚੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਸਾਡੇ ਕਿੱਥੋਂ ਗਲ ਵਿੱਚੋਂ ਲੰਘ ਜਾਣ ਕੇ ਪੇਚੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਿਆਸ਼ ਕੀ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਥੈਂਕ ਯੂ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਹੇ ਆ ਸੋ ਅੱਜ ਆਪਾਂ ਪਹੁੰਚੇ ਹਾਂ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਮੰਬਾਲੋ ਹਾਰਲਿਆਂ 'ਤੇ ਰੈਲੀ ਕਰਕੇ ਅਤੇ ਫਿਰ ਅਸੀਂ ਫਲੈਗ ਨੂੰ ਸਲਿਊਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਅਤੇ ਨਾਲ ਹੀ ਕੋਈ ਗਾਣਾ ਵੀ ਸ਼ੂਟ ਕੀਤਾ ਜਾਏਗਾ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਅ ਜੀ ਮਿਹਨਤ ਕਰ ਰਹੇ ਹਾਂ ਜੀ ਟਰਾਈ ਕਰ ਰਹੇ ਹਾਂ ਹਾਂਜੀ 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 ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇ ਨੂੰ ਦੇਖਿਆ ਜਾਂਦਾ ਅੱਛਾ ਬਾਈਕ ਨਾਲ ਹੈ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਵੀ ਪਿਆਰ ਤੁਹਾਡਾ ਹੈ ਬਾਈਕਸ ਨਾਲ ਜਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਿਹੜਾ ਹੁੰਦਾ
ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨਾ ਹਾਰ ਲੈ 7 ਲੱਖ ਦਾ ਨੀ ਆਸ਼ਕੀ ਚ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ ਸਾਡੇ ਕਿੱਥੋਂ ਗਲ ਵਿੱਚੋਂ ਨੰਗ ਜਾਣ ਕੇ ਪੇਚੀ ਨੂੰ ਲਾਤੇ ਗੋਰੀਏ ਹਾਰ ਲੈ 7 ਲੱਖ ਦਾ ਨੀ ਆਸ਼ਕੀ ਚ ਚੱਕਤਾ ਤੇ ਸਹਿਣੇ ਪੈ ਗਏ ਘਾਟੇ ਗੋਰੀਏ।